ਲਓ ਜੀ, ਹੁਣ ਕੈਨੇਡਾ ਬਾਰੇ ਹੋਰ ਨਵੀਂ ਖਬਰ ਆ ਗਈ ਹੈ। ਕਹਿੰਦੇ GST ਜਿਹੜੀ ਡਬਲ ਕਰਨ ਦੀ ਡੇਟ ਹੈ ਐਕਸਟੈਂਡ ਕਰ ਦਿੱਤੀ ਗਈ ਹੈ। ਵੀਡੀਓ ਬਣਾਉਣ ਲੱਗਿਆ ਹਾਸਾ ਵੀ ਆ ਰਿਹਾ। ਸੱਚਾਈ ਕੀ ਹੈ ਕਿ ਵਾਕਈ GST ਡਬਲ ਕਰਨ ਦੀ ਡੇਟ ਐਕਸਟੈਂਡ ਕਰ ਦਿੱਤੀ ਗਈ ਹੈ ਜਾਂ ਅੱਜ ਵੀ 31 ਦਸੰਬਰ ਹੀ ਹੈ? ਜਾਣਾਂਗੇ ਇਸ ਵੀਡੀਓ ਰਾਹੀਂ, ਪੂਰੀ ਵੇਖ ਲਿਓ। ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ। ਬਹੁਤ ਸਾਰੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਤੁਹਾਨੂੰ। ਇਹ ਵੀਡੀਓ ਦੇਖ ਕੇ ਕਾਫੀ ਜ਼ਿਆਦਾ ਕਨਫਿਊਜ਼ਨ ਜੋ ਤੁਹਾਡੇ ਦਿਮਾਗ 'ਚ ਚੱਲ ਰਹੀਆਂ ਨੇ, ਅਫਵਾਹਾਂ ਚੱਲਦੀਆਂ ਨੇ, ਉਸ ਤੋਂ ਬਚਿਆ ਜਾ ਸਕਦਾ, ਆਪਣੇ ਭਵਿੱਖ ਸੰਬੰਧੀ ਇੱਕ ਚੰਗਾ ਫੈਸਲਾ ਲਿਆ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ RS ਗਲੋਬਲ ਇਮੀਗ੍ਰੇਸ਼ਨ ਦੇ ਇਸ ਯੂਟਿਊਬ ਚੈਨਲ ਦੇ ਮਾਧਿਅਮ ਰਾਹੀਂ ਸਮੇਂ ਸਿਰ ਤੁਹਾਨੂੰ ਅਵੇਅਰ ਕਰਨ ਆ ਜਾਂਦਾ, ਕਦੀ ਕੈਨੇਡਾ ਨੂੰ ਲੈ ਕੇ, ਕਦੀ UK, ਕਦੀ ਆਸਟ੍ਰੇਲੀਆ ਲੈ ਕੇ, ਕਦੀ ਕਿਸੇ ਕੰਟਰੀ ਦੇ ਵਰਕ ਪਰਮਿਟ ਨੂੰ ਲੈ ਕੇ। 2 ਦਿਨ ਪਹਿਲਾਂ ਸਾਡੇ ਦਫ਼ਤਰ 'ਚ ਤਕਰੀਬਨ 30-40 ਫੋਨ ਆਏ, ਮੈਨੂੰ ਪਰਸਨਲੀ ਕਈ ਮੈਸੇਜਸ ਆਏ ਵਟਸਐਪ 'ਤੇ, ਔਰ ਕਈਆਂ ਨੇ ਤਾਂ ਸਾਡੀ ਵੀਡੀਓ ਥੱਲੇ ਕਮੈਂਟ ਤੱਕ ਪਾਤਾ ਜੀ GST ਜਿਹੜੀ ਡਬਲ ਦੀ ਡੇਟ ਹੈ ਉਹ ਐਕਸਟੈਂਡ ਹੋ ਗਈ ਹੈ। ਮਤਲਬ ਜਿਹੜਾ GST 31 ਦਸੰਬਰ ਤੋਂ ਬਾਅਦ 1 ਜਨਵਰੀ 2024 ਤੋਂ ਡਬਲ, ਜਾਣੀ ਕਿ $20,635 ਹੋਣ ਜਾ ਰਿਹਾ, ਉਹਦੀ ਡੇਟ ਵਧਾ ਕੇ 31 ਮਾਰਚ ਕਰ ਦਿੱਤੀ ਗਈ ਹੈ। ਮੈਂ ਕਿਹਾ ਯਾਰ ਇਹ ਕਿੱਦਾਂ ਹੋ ਗਿਆ, ਮੈਂ ਇੰਨਾ ਪਿੱਛੇ ਕਿੱਦਾਂ ਰਹਿ ਗਿਆ, ਮੈਂ ਖਬਰ ਪੜ੍ਹੀ ਨਾ ਹੋਵੇ, ਮੈਂ ਨਿਊਜ਼ ਦੇਖੀ ਨਾ ਹੋਵੇ, ਮੈਂ ਸਾਰੀਆਂ ਵੈਬਸਾਈਟਾਂ ਫਰੋਲਤੀਆਂ ਕੈਨੇਡਾ ਅੰਬੈਸੀ ਦੀਆਂ, ਸਾਰੀਆਂ IRCC ਦੇ ਪੋਰਟਲ ਫਰੋਲ ਦਿੱਤੇ, ਪਰ ਮੈਨੂੰ ਕੋਈ ਖਬਰ ਲੱਭੀ ਨਹੀਂ। ਫਿਰ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਬੱਚੇ ਨੂੰ ਦਫ਼ਤਰ ਬੁਲਾਇਆ, ਇੱਕ ਬੱਚਾ ਦਫ਼ਤਰ ਆ ਕੇ ਮਿਲ ਗਿਆ, ਕਹਿੰਦਾ ਜੀ ਅੰਮ੍ਰਿਤਸਰ ਦਾ ਫਲਾਣਾ ਕੰਸਲਟੈਂਟ, ਨਾਮ ਤੱਕ ਦੱਸਿਆ, ਚਲੋ ਆਪਾਂ ਪਤਾ ਨਹੀਂ ਕੌਣ ਸੀ, ਨਾਮ ਨਹੀਂ ਲੈਣਾ ਕਿਸੇ ਦਾ। ਕਹਿੰਦੇ ਉਹਨੇ ਕਹਿੰਦੇ ਸਾਨੂੰ VR ਪ੍ਰੋਸੈਸਿੰਗ ਫੀਸ ਦੇ ਦਿਓ, ਜੇ ਤੁਹਾਡੀ ਫਾਈਲ 31 ਦਸੰਬਰ ਤੱਕ ਨਹੀਂ ਵੀ ਲੱਗ ਪਾਉਂਦੀ ਨਾ, ਤਾਂ ਵੀ ਤੁਹਾਨੂੰ GST $10,000 ਪੇ ਕਰਨਾ ਪੈਣਾ। ਬੱਚਾ ਕਹਿੰਦਾ ਮੇਰੇ ਕੋਲ ਹਲੇ $10,000 ਰੇਂਜ ਨੀਗਾ, ਮੈਂ ਫਾਈਲ ਕਿਵੇਂ ਲਾਵਾਂ ਆਪਣੀ, ਕਿਵੇਂ ਪੈਸੇ ਬਚਾਵਾਂ? ਉਹ ਕਹਿੰਦੇ ਕੋਈ ਗੱਲ ਨਹੀਂ, ਡੇਟ 31 ਮਾਰਚ ਕਰ ਦਿੱਤੀ ਗਈ ਹੈ। ਇੱਕ ਬੱਚੇ ਦੀ ਸਟੋਰੀ ਨੇ ਘੱਟੋ ਘੱਟ 40 ਤੋਂ 50 ਕਾਲ ਤਾਂ ਸਾਨੂੰ ਸਾਡੇ ਦਫ਼ਤਰ 'ਚ ਆ ਗਈਆਂ। ਹੁਣ ਪਤਾ ਨਹੀਂ ਕਿਸੇ ਬੰਦੇ ਨੇ ਮੈਨੂੰ ਜਾ ਕੇ ਵੀਡੀਓ ਲਿੰਕ ਵੀ ਸ਼ੇਅਰ ਕੀਤਾ ਕਿਸੇ ਦਾ, ਜਿਹੜਾ ਬੋਲ ਰਿਹਾ ਸੀ ਕਿ 31 ਮਾਰਚ ਐਕਸਟੈਂਡ ਕਰਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਕੈਨੇਡਾ ਵੱਲੋਂ GST ਡਬਲ ਦੀ ਡੇਟ ਦੀ। ਪਤਾ ਨਹੀਂ ਕਿਹੜੇ ਇਹੋ ਜਿਹੇ ਭਰੋਸੇਯੋਗ ਸੂਤਰ ਨੇ ਉਹਨਾਂ ਦੇ, ਕੋਈ ਜਸਟਿਨ ਟਰੂਡੋ ਫੁੱਫੜ ਲੱਗਦਾ ਕਿਸੇ ਦਾ, ਜਾਂ ਮਤਲਬ ਅੰਬੈਸੀ 'ਚ ਕੋਈ ਕਿਸੇ ਦੀ ਭੂਆ ਬੈਠੀ ਹੋਏਗੀ। ਇਹੋ ਜਿਹੀ ਦੋਸਤੋ ਨਾ ਤਾਂ ਕੋਈ ਨਿਊਜ਼ ਆ, GST ਜਿਹੜਾ ਡਬਲ ਹੋਣ ਜਾ ਰਿਹਾ ਉਹ 1 ਜਨਵਰੀ 2024 ਤੋਂ ਆ, ਨਾ ਤਾਂ ਇੱਦਾਂ ਦਾ ਕੋਈ ਕਾਨੂੰਨ ਬਣਿਆ, ਨਾ ਬਣਨ ਦੀ ਕੋਈ ਸੰਭਾਵਨਾ, ਨਾ ਕਿ ਨਿਊਜ਼ ਹੈ, ਸਿਰਫ ਅਤੇ ਸਿਰਫ ਅਫਵਾਹ। ਸੋ ਜਿਹੜਾ GST $10,000 ਦੀ ਬਜਾਏ $20,635 ਹੋਣ ਜਾ ਰਿਹਾ ਉਹ 1 ਜਨਵਰੀ 2024 ਤੋਂ ਹੋਣ ਜਾ ਰਿਹਾ। ਪਰ ਇੱਕ ਗੱਲ ਪ੍ਰੈਕਟੀਕਲੀ ਸਮਝਾ ਦਿਆਂ ਤੁਹਾਨੂੰ, ਹੁਣ ਇਸ ਟਾਈਮ ਬੱਚੇ ਹਫੜਾ ਦਫੜੀ 'ਚ ਹੈ, ਸਾਡੀ ਵੀ ਐਡਵਰਟੀਜ਼ਮੈਂਟ ਚੱਲ ਰਹੀ, ਹੋਰ ਵੀ ਕਈ ਕੰਪਨੀ ਦੀ ਐਡਵਰਟੀਜ਼ਮੈਂਟ ਚੱਲ ਰਹੀ ਹੈ ਵੀ ਤੁਸੀਂ 1 ਦਿਨ 'ਚ ਔਫਲੈਟ ਲਓ, 1 ਦਿਨ 'ਚ ਐਲ ਲਓ, 3 ਦਿਨ 'ਚ ਫਾਈਲ ਮੈਸੇਜ ਪਾਓ। ਇੱਕ ਮੈਂ ਕਿਸੇ ਭਲੇ ਮਾਨਸੇ ਦੀ, ਮਤਲਬ ਕਿਸੇ ਛਾਤਰ ਦੀ ਵੀਡੀਓ ਦੇਖੀ, ਕਹਿੰਦਾ ਜੀ 2 ਘੰਟੇ 'ਚ ਔਫਲੈਟ ਲਓ, 3 ਘੰਟਿਆਂ 'ਚ ਐਲ ਓ ਲਓ, ਅਤੇ ਸੇਮ ਡੇ ਫਾਈਲ ਮੈਸੇਜ ਪਾਓ। ਚਲੋ ਹਰ ਇੱਕ ਐਡਵਰਟੀਜ਼ਮੈਂਟ ਦਾ ਜ਼ਮਾਨਾ, ਹਰ ਇੱਕ ਨੇ ਆਪਣੇ ਆਪ ਨੂੰ ਬੈਟਰ ਦਿਖਾਉਣਾ, ਚੰਗੀ ਗੱਲ ਹੈ, ਪਰ ਇਸ ਅਫੜਾ ਤਫੜੀ 'ਚ ਆਪਣਾ ਨੁਕਸਾਨ ਨਾ ਕਰ ਬੈਠਿਓ। ਹੁਣ ਇੱਕ ਗੱਲ ਦਿਮਾਗ 'ਚ ਰੱਖਿਓ, 22 ਤਰੀਕ ਤੋਂ ਬਾਅਦ ਬਹੁਤ ਸਾਰੇ ਬੈਂਕਸ ਨੇ GST ਨਹੀਂ ਲੈਣਾ, ਅੱਜ 20 ਤਰੀਕ ਹੋ ਗਈ ਹੈ, ਵੀਡੀਓ ਤੁਸੀਂ ਮੈਨੂੰ ਲੱਗਦਾ ਸ਼ਾਇਦ ਕੱਲ੍ਹ ਵੇਖੋਗੇ 21 ਤਰੀਕ ਨੂੰ, 22 ਤੋਂ ਬਾਅਦ ਬੈਂਕਾਂ ਨੇ GST ਪ੍ਰੋਸੈਸ ਨਹੀਂ ਕਰਨਾ, ਕੇਵਲ ਇੱਕੋ ਬੈਂਕ ICICI ਬੈਂਕ ਪ੍ਰੋਸੈਸ ਕਰ ਰਿਹਾ, ਜੋ 28 ਤਰੀਕ ਤੱਕ, ਕਹਿੰਦੇ 27-28 ਤਰੀਕ ਤੱਕ GST ਪ੍ਰੋਸੈਸ ਕਰਾਂਗੇ। ਸੋ ਪਹਿਲਾਂ GST ਅਕਾਊਂਟ ਖੋਲ੍ਹਣਾ, ਉਸ ਤੋਂ ਬਾਅਦ ਤੁਹਾਡਾ ਪੈਸਾ ਜਾਣਾ, ਫਿਰ ਉਹਨਾਂ ਨੇ ਪੈਸਾ ਪ੍ਰੋਸੈਸ ਕਰਨਾ, ਫਿਰ ਤੁਹਾਨੂੰ ਸਰਟੀਫਿਕੇਟ ਦੇਣਾ। ਇਕੱਲਾ ICICI ਬੈਂਕ ਹੈ ਜਿਹੜਾ, ਤਾਂ ਤੁਸੀਂ ਜੇ ਤੁਸੀਂ GST ਪੇ ਕਰ ਸਕਦੇ ਹੋ $10,200, ਉਹ ਤੁਹਾਨੂੰ 4 ਘੰਟਿਆਂ 'ਚ ਸਰਟੀਫਿਕੇਟ ਦੇਣ ਦਾ ਕਲੇਮ ਕਰਦਾ, ਜੋ 4 ਘੰਟੇ ਛੱਡੋ, ਨੈਕਸਟ ਡੇ ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ। ਦੂਜਾ, ਹੁਣ 22 ਤਰੀਕ ਤੋਂ ਬਾਅਦ ਬਹੁਤ ਸਾਰੇ ਕਾਲਜਸ ਵਿੱਚ ਛੁੱਟੀਆਂ ਸ਼ੁਰੂ ਚੱਲੀਆਂ, ਕਿਸੇ ਦੀਆਂ 23 ਤੋਂ, ਕਿਸੇ ਦੀਆਂ 24 ਤੋਂ ਛੁੱਟੀਆਂ ਸ਼ੁਰੂ ਨੇ ਨਿਊ ਈਅਰ ਕ੍ਰਿਸਮਿਸ ਦੀਆਂ। ਸੋ ਟੈਕਨੀਕਲੀ ਜੇ ਵੇਖਿਆ ਜਾਵੇ ਤਾਂ ਦਿਨ ਤਾਂ ਤੁਹਾਡੇ ਕੋਲ ਇੱਕੋ ਬਚਿਆ। ਅੱਜ ਅਗਰ 21 ਤਰੀਕ ਨੂੰ ਵੀਡੀਓ ਵੇਖ ਰਹੇ ਹੋ, ਕੱਲ੍ਹ ਨੂੰ 22 ਤਰੀਕ ਹੈ, ਆਪਾਂ ਫਿਰ ਵੀ ਫਾਈਲਾਂ 20 ਤਰੀਕ ਤੱਕ ਲਈਆਂ ਸੀ, ਅੱਗੇ ਫਾਈਲਾਂ ਲੈਣੀਆਂ ਮਨਾ ਕਰ ਦਿੱਤੇ ਹੁਣ,
ਕਿਉਂਕਿ ਅਸੀਂ ਵੀ ਫਾਈਲਾਂ 25 ਤਰੀਕ ਤੋਂ ਪਹਿਲਾਂ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਉਸ ਤੋਂ ਬਾਅਦ ਐਮਬੈਸੀ ਵੀ ਛੁੱਟੀਆਂ 'ਤੇ ਹੈ। ਸੋ ਟੈਕਨੀਕਲੀ ਜਿਹੜੀ ਡੇਟ ਆ ਉਹ 31 ਦਸੰਬਰ ਨਹੀਂ ਹੈ ਜੀ ਐਸ ਡਬਲਯੂ ਹੁੰਦੀ, ਉਹ 24 ਦਸੰਬਰ ਹੀ ਹੈ, ਕਿਉਂਕਿ ਉਸ ਤੋਂ ਬਾਅਦ ਐਮਬੈਸੀ ਵੀ ਬੰਦ, ਕਾਲਜ ਵੀ ਬੰਦ ਅਤੇ ਜੀ ਐਸ ਸੀ ਸਰਟੀਫਿਕੇਟ ਇਸ਼ੂ ਕਰਨ ਵਾਲੇ ਬੈਂਕ ਵੀ ਬੰਦ। ਸੋ ਅਸੀਂ ਤਾਂ ਹੁਣ ਨਵੀਆਂ ਫਾਈਲਸ ਨਹੀਂ ਲੈ ਰਹੇ, ਜਿਹੜੀਆਂ ਫਾਈਲਸ ਲੋਕਾਂ ਨੇ ਲੈ ਲਈਆਂ ਉਹ ਆਪ ਸੰਭਾਲਣ। ਬਟ ਇੱਕ ਗੱਲ ਦਿਮਾਗ 'ਚ ਰੱਖਿਓ ਯਾਰ, ਕੈਨੇਡਾ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਅਲੱਗ ਅਲੱਗ ਤਰ੍ਹਾਂ ਦੇ ਬਿਆਨਬਾਜ਼ੀ, ਅਲੱਗ ਅਲੱਗ ਤਰ੍ਹਾਂ ਦੀ ਸਟੇਟਮੈਂਟਸ ਉਹਨਾਂ ਲੋਕਾਂ ਵੱਲੋਂ ਯੂਟਿਊਬ 'ਤੇ ਕੀਤੀ ਜਾਂਦੀ ਹੈ ਸਿਰਫ ਔਰ ਸਿਰਫ ਆਪਣੇ ਕੁਝ ਚੰਦ ਵਿਊਜ਼ ਬਣਾਉਣ ਦੇ ਚੱਕਰ 'ਚ, ਜਿਨ੍ਹਾਂ ਦਾ ਪੜ੍ਹਾਈ ਦੇ ਨਾਲ, ਇਮੀਗ੍ਰੇਸ਼ਨ ਦੇ ਨਾਲ, ਕੈਨੇਡਾ ਦੇ ਨਾਲ ਦੂਰ ਦਰਡ ਦਾ ਕੋਈ ਵਾਸਤਾ ਨਹੀਂ। ਮੈਂ ਇੱਕ ਚੈਨਲ ਹਾਂ, ਮੈਂ ਇੱਕ ਦੋ ਵੇਖਦਾ ਰਹਿੰਦਾ ਕਈ ਵਾਰ ਲੋਕਾਂ ਨੂੰ, ਇੱਥੇ ਬੰਦਾ ਪਿੰਡ 'ਚ ਬੈਠ ਕੇ ਵੀਡੀਓ ਬਣਾ ਰਿਹਾ, ਇੱਥੇ ਬੈਠਾ ਜਲੰਧਰ 'ਚ ਬੈਠ ਕੇ ਵੀਡੀਓ ਬਣਾ ਰਿਹਾ ਜਾਂ ਚੰਡੀਗੜ੍ਹ ਬੈਠ ਕੇ ਵੀਡੀਓ ਬਣਾ ਰਿਹਾ, ਉਹਨੂੰ ਪਤਾ ਹੀ ਨਹੀਂ ਕੈਨੇਡਾ ਦੇ ਕਾਨੂੰਨ ਕੀ ਆ। ਉਹ ਵੀ ਇੱਕ ਯੂਟਿਊਬਰ ਬਲੌਗਰ ਲੋਕਾਂ ਨੂੰ ਕੈਨੇਡਾ ਬਾਰੇ ਗਾਈਡ ਕਰ ਰਿਹਾ। ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਫੰਡੇ ਖਾਇਆ, ਸਭ ਕੁਛ ਮੈਨੂੰ ਪਤਾ, ਬਾਕੀ ਸਾਰੇ ਇੱਥੇ ਬੁੱਧੂ ਹੀ ਬੈਠੇ ਆ, ਇੱਦਾਂ ਦੀ ਗੱਲ ਨਹੀਂ। ਬਟ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਕਿ ਕਿਹੜੇ ਚੈਨਲ 'ਤੇ ਸਹੀ ਇਨਫੋਰਮੇਸ਼ਨ ਤੁਹਾਨੂੰ ਮਿਲ ਰਹੀ ਹੈ। ਆਰ ਐੱਸ ਗੁਪਲਾ 'ਚ 17 ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ, ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਨੇ ਲੰਬੇ ਸਮੇਂ ਤੋਂ ਇੰਨਾ ਤਜਰਬਾ, ਇਕੱਲਾ ਸਿਰਫ ਬੋਲ ਬੋਲ ਕੇ ਨਹੀਂ ਆਇਆ, ਇਹ ਵੀਜ਼ੇ 'ਤੇ ਰਿਫਿਊਜ਼ ਨਾਲ ਲਵਾ ਕੇ ਆਇਆ, ਵੀਜ਼ੇ 'ਤੇ ਰਿਫਿਊਜ਼ ਨਾਲ ਲਵਾ ਕੇ ਆਇਆ। ਸੋ ਇੱਕ ਤਜਰਬੇਕਾਰ ਕੰਸਲਟੈਂਟ ਦੇ ਕੋਲ ਹੀ ਆਪਦੀ ਫਾਈਲ ਅਪਲਾਈ ਕਰੋ, ਇੱਕ ਚੰਗੇ ਕੰਸਲਟੈਂਟ ਜਿਹੜਾ ਵੀਡੀਓਜ਼ 'ਤੇ ਤੁਹਾਨੂੰ ਨੌਲੇਜ ਦਿੰਦਾ, ਜਾਣਕਾਰੀ ਦਿੰਦਾ, ਸਟੀਕ ਚੰਗੀ ਦਰੁਸਤ, ਉਹਦੀਆਂ ਵੀਡੀਓਜ਼ ਦੇਖੋ, ਸੁਣੋ ਸਭ ਦੀ, ਬਟ ਕਰੋ ਆਪਣੇ ਦਿਮਾਗ ਦੀ। ਹੁਣ ਅੱਜ ਦੀ ਵੀਡੀਓ ਬਣਾਉਣ ਦਾ ਪਰਪਜ਼ ਕੀ ਸੀ? ਕਈ ਲੋਕਾਂ ਦੇ ਦਿਮਾਗ 'ਚ ਇਹ ਵਹਿਮ ਸੀ, ਕਈਆਂ ਦੇ ਕਾਲਸ ਆਏ, ਤਾਂ ਅੱਜ ਉਹ ਸਾਰੀਆਂ ਕਾਲਸ ਨੂੰ ਮੈਂ ਵੀਡੀਓ ਰਾਹੀਂ ਸੰਬੋਧਨ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਏ ਸੀ ਦੀ ਜਿਹੜੀ ਡੇਟ ਹੈ ਉਹ ਅੱਜ ਵੀ 31 ਦਸੰਬਰ ਹੀ ਹੈ ਡਬਲ ਹੋਣ ਦੀ। ਸੋ ਜੇ ਤੁਹਾਡੀ ਫਾਈਲ 31 ਦਸੰਬਰ ਰਾਤ 12 ਵਜੇ ਤੱਕ ਲੌਂਚ ਹੋ ਜਾਂਦੀ ਹੈ, ਤੁਸੀਂ $10,200 ਦੇ ਤਹਿਤ ਹੀ ਆਪਦੀ ਫਾਈਲ ਐੱਸ ਡੀ ਐੱਸ ਕੈਟਾਗਰੀ 'ਚ ਅਪਲਾਈ ਕਰ ਦਿਓ। ਅਗਰ 31 ਦਸੰਬਰ 12 ਵਜੇ ਤੋਂ ਬਾਅਦ ਤੁਹਾਡੀ ਫਾਈਲ ਲੱਗਦੀ, ਜਦਕਿ 1 ਦਸੰਬਰ ਨੂੰ ਲੱਗਦੀ ਹੈ, ਤੁਹਾਡੀ ਫਾਈਲ ਨਵੇਂ ਵਧੇ ਹੋਏ ਡਬਲ ਹੋਏ ਜੀ ਏ ਸੀ ਦੇ ਮੁਤਾਬਕ ਐੱਸ ਡੀ ਐੱਸ ਗਿਣੀ ਜਾਣੀ ਹੈ। ਔਰ ਇਸ ਗੱਲ ਦਾ ਵੀ ਖਿਆਲ ਰੱਖਿਓ, ਜੇ ਹੁਣ ਕੋਈ ਕੇਸ ਰਿਫਿਊਜ਼ ਹੋ ਜਾਂਦਾ, ਦੁਬਾਰਾ ਜਨਵਰੀ 'ਚ ਅਪਲਾਈ ਕਰਨਾ ਪੈਂਦਾ, ਤਾਂ ਵੀ ਉਹਨੂੰ ਜੀ ਏ ਸੀ ਡਬਲ ਹੀ ਭਰਨਾ ਪੈਣਾ। ਕਿਉਂਕਿ ਕਈ ਲੋਕਾਂ ਦੇ ਇਹ ਵੀ ਸਵਾਲ ਸੀ ਕਮੈਂਟਸ ਦੇ ਵਿੱਚ ਵੀ ਜੇ ਸਾਡਾ ਵੀਜ਼ਾ ਰਿਫਿਊਜ਼ ਹੁੰਦਾ, ਅਸੀਂ 31 ਦਸੰਬਰ ਤੋਂ ਪਹਿਲਾਂ ਅਪਲਾਈ ਕਰਦੇ ਹਾਂ, ਸਾਡੀ ਰਿਫਿਊਜ਼ਲ ਜਨਵਰੀ 'ਚ ਆ ਜਾਂਦੀ ਹੈ, ਜੇ ਦੁਬਾਰਾ ਰੀਅਪਲਾਈ ਕਰਨਾ ਕਿ ਸਾਨੂੰ ਉਹੀ ਜੀ ਏ ਸੀ ਚੱਲੇਗਾ, ਨਵਾਂ ਭਰਨਾ ਪਏਗਾ, ਬਿਲਕੁਲ ਨਵਾਂ ਭਰਨਾ ਪਏਗਾ। ਸੋ ਤੁਸੀਂ ਪ੍ਰਾਈਵੇਟ ਕਾਲਜ 'ਚ ਅਪਲਾਈ ਕਰੋ, ਪਬਲਿਕ ਕਾਲਜ 'ਚ ਅਪਲਾਈ ਕਰੋ, ਯੂਨੀਵਰਸਿਟੀ 'ਚ ਅਪਲਾਈ ਕਰੋ, ਐੱਸ ਡੀ ਐੱਸ ਵਿੱਚ ਅਪਲਾਈ ਕਰ ਦਿਓ ਤੁਸੀਂ, ਤਾਂ 31 ਦਸੰਬਰ ਤੱਕ ਤੁਹਾਡੇ ਜੀ ਏ ਸੀ $10,200 ਹੈ, 1 ਜਨਵਰੀ 2024 ਔਨਵਰਡ ਤੁਹਾਡਾ ਜਿਹੜਾ ਜੀ ਏ ਸੀ ਹੈ ਉਹ $20,635 ਹੋਏਗਾ, ਚਾਹੇ ਤੁਸੀਂ ਨਵਾਂ ਅਪਲਾਈ ਕਰ ਰਹੇ ਹੋ, ਚਾਹੇ ਤੁਸੀਂ ਰੀਅਪਲਾਈ ਕਰ ਰਹੇ ਹੋ। ਸੋ ਮੇਕ ਸ਼ੋਰ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਹੁਣ ਤਾਂ ਖੈਰ ਨਵੀਆਂ ਫਾਈਲਸ ਅਸੀਂ ਬਿਲਕੁਲ ਨਹੀਂ ਲੈ ਰਹੇ, ਬਟ ਇਹ ਮੈਸੇਜ ਤੁਹਾਨੂੰ ਇੱਕ ਕੋਈ ਕਮਰਸ਼ੀਅਲ ਕਾਲ ਨਹੀਂ ਸੀ ਕਿ ਸਾਡੇ ਕੋਲ ਆ ਜਾਓ, ਇਹ ਮੈਸੇਜ ਸਿਰਫ ਉਹਨਾਂ ਬੱਚਿਆਂ ਤੱਕ ਸੀ ਕਿ ਅਫੜੀ ਤਫੜੀ 'ਚ ਆ ਕੇ ਹੁਣ ਆਪਦਾ ਨੁਕਸਾਨ ਨਾ ਕਰ ਬੈਠੇ ਹੋ, ਹੁਣ ਆਰਾਮ ਨਾਲ ਸ਼ਾਂਤੀ ਨਾਲ ਬਹਿ ਜਾਓ, ਕਿਉਂਕਿ ਹੁਣ ਅੱਜ 21 ਦਿਨ ਵੀਡੀਓ ਵੇਖ ਰਹੇ ਹੋ, ਹੁਣ ਨਾ ਤਾਂ ਕੋਈ ਛੇਤੀ ਆਫ ਲੈਟਰ ਆਉਣੀ ਹੈ ਅਤੇ ਨਾ ਹੀ ਤੁਹਾਡੇ ਕੋਲ ਹੁਣ ਜੀ ਏ ਸੀ ਪੇ ਕਰ ਹੋਣਾ। ਹਾਂ, ਅਗਰ ਤੁਹਾਡੇ ਕੋਲ 21 ਤਰੀਕ ਨੂੰ ਵੀ ਸ਼ਾਮ ਨੂੰ 6 ਵਜੇ ਤੱਕ ਡਾਕੂਮੈਂਟ ਰੈਡੀ ਹੈ, 22 ਤਰੀਕ ਤੱਕ ਪੈਸੇ ਰੈਡੀ ਹੈ ਜੀ ਏ ਸੀ ਭਰ ਕੇ, ਅੱਜ ਵੀ ਫਾਈਲ ਮੈਸੇਜ ਲੱਗ ਸਕਦੀ ਹੈ। ਇਸ ਗੱਲ ਦਾ ਖਿਆਲ ਰੱਖੋ, ਡਾਕੂਮੈਂਟ ਸ਼ੁੱਡ ਬੀ ਰੈਡੀ, ਕਿਉਂਕਿ ਅਸੀਂ ਹਾਲੇ ਵੀ ਫਾਈਲਾਂ 24-25 ਤਰੀਕ ਤੱਕ ਅੰਬੈਸੀ 'ਚ ਪਾ ਰਹੇ ਹਾਂ, ਕਿਉਂਕਿ 26-27 ਨੂੰ ਵੀ ਅੰਬੈਸੀ ਓਪਨ ਹੈ, 28 ਨੂੰ ਵੀ ਕਈ ਕਾਲਜ ਸਾਡੇ ਕੋਲ ਓਪਨ ਹੈਗੇ। ਪਰ ਜੇ ਉਹੀ ਬੱਚਾ ਸਾਡੇ ਕੋਲ ਹੁਣ ਅਪਲਾਈ ਕਰਨ ਆਵੇ, ਜਿਹਦੇ ਐਜੂਕੇਸ਼ਨ ਡਾਕੂਮੈਂਟ ਰੈਡੀ ਹੈ, ਆਇਲਟਸ ਪੀ ਟੀ ਰੈਡੀ ਹੈ, ਉਹਦੇ ਖਾਤੇ 'ਚ 6-7 ਲੱਖ ਰੁਪਏ ਹੈਗਾ ਜੋ ਜੀ ਏ ਸੀ ਪੇ ਕਰਨਾ, ਪਲੱਸ ਉਹਦੀਆਂ ਪੇਰੈਂਟਸ ਦੀ ਇਨਕਮ ਪਰੂਫ ਰਿਟਰਨਸ ਰੈਡੀ ਹੈ, ਅਗਰ ਫਾਈਲ ਪੂਰੀ ਰੈਡੀ ਹੈ ਤਾਂ ਅਸੀਂ ਉਹਦੀ ਫਾਈਲ 2 ਦਿਨ 'ਚ ਅੰਬੈਸੀ ਲਾਉਣ ਨੂੰ ਅੱਜ ਵੀ ਤਿਆਰ ਹਾਂ।
ਬਟ ਪਬਲਿਕਲੀ ਅਸੀਂ 20 ਤਰੀਕ ਤੱਕ ਦਾ ਜੋ ਕਮਿਟਮੈਂਟ ਕੀਤੀ, ਜਿਹੜੀਆਂ ਫਾਈਲਾਂ 20 ਤਰੀਕ ਤੱਕ ਲਈਆਂ ਨੇ ਉਹ ਸਾਰੀਆਂ ਵਚਨ ਪੂਰਾ ਕਰਾਂਗੇ, ਕਮਿਟਮੈਂਟ ਪੂਰੀ ਕਰਾਂਗੇ। 30 ਦਸੰਬਰ ਤੋਂ ਪਹਿਲਾਂ ਫਾਈਲ ਮੈਂ ਅਸੀਂ ਲਾਂਚ ਕਰਕੇ ਪੁਰਾਣੇ GST ਤਹਿਤ ਹੀ ਕਰਾਂਗੇ। ਅਫਵਾਹਾਂ ਤੋਂ ਬਚੋ, ਕਲੀਅਰ ਸੱਚੀ ਸੁੱਚੀ ਇਨਫੋਰਮੇਸ਼ਨ ਸੁਣੋ। ਅਗਰ ਸਾਡਾ ਚੈਨਲ ਚੰਗਾ ਲੱਗਦਾ, ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਸਬਸਕ੍ਰਾਈਬ ਤੁਸੀਂ ਆਪਣੇ ਆਪ ਕਰ ਹੀ ਦੇਣਾ। ਹਰ ਕੋਈ ਬੰਦਾ ਕਹਿੰਦਾ ਨੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ, ਮੇਰਾ ਵੇ ਕਰ ਲਿਓ, ਮੈਂ ਕਦੇ ਨਹੀਂ ਕਹੂੰਗਾ। ਅਗਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰੋ, ਨਹੀਂ ਚੰਗੀ ਲੱਗੀ ਤਾਂ ਬਿਲਕੁਲ ਨਾ ਕਰਿਓ। ਅਤੇ ਜੇ ਵੀਡੀਓ ਚੰਗੀ ਲੱਗੀ ਹੈ, ਲੱਗਦਾ ਕਿਸੇ ਮਾਂ ਦੇ ਪੁੱਤ ਦੀ ਜ਼ਿੰਦਗੀ ਬਣਾ ਸਕਦੀ ਹੈ, ਜਾਂ ਇਹਨਾਂ ਗੱਲਾਂ 'ਚ ਵਾਕਈ ਕਿਸੇ ਬੰਦੇ ਦੀ ਜ਼ਿੰਦਗੀ ਬਣ ਸਕਦੀ ਹੈ, ਤਾਂ ਵੀਡੀਓ ਉਸ ਬੱਚੇ ਤੱਕ ਸ਼ੇਅਰ ਜ਼ਰੂਰ ਕਰਿਓ, ਜਿੱਦ ਤੱਕ ਇਹ ਪਹੁੰਚਣੀ ਚਾਹੀਦੀ ਹੈ। ਨਵੇਂ ਵੀਡੀਓ, ਨਵੇਂ ਕੰਟੈਂਟ ਨਾਲ ਫਿਰ ਤੁਹਾਡੇ ਰੂਬਰੂ ਹਾਜ਼ਰ ਹੋਊਂਗਾ। ਤਦ ਤੱਕ ਜਿਉਂਦੇ ਵਾਸਦੇ ਹੋ, ਰੱਬ ਰਾਖਾ, ਸਤਿ ਸ਼੍ਰੀ ਅਕਾਲ।